ਪਤਾ ਨਹੀਂ ਕੀ ਕਰੀ ਜਾਣ ਡੀ ਆ, ਉੱਥੋਂ ਲੇਟ ਹੋਣ ਡਿਆ ਮੈਂ। ਆ ਗਈ ਬਸ 2 ਮਿੰਟ। ਆ ਜਾ ਯਾਰ, ਆ ਜਾ ਜਲਦੀ। ਆ ਗਈ ਆ ਗਈ। ਚੱਲ ਅੱਜ ਜਲਦੀ ਆ ਜਾਓ, 1 ਘੰਟੇ ਪਹਿਲੇ। ਕਿਉਂ? ਅੱਜ ਡਾਕਟਰ ਕੋਲ ਨਹੀਂ ਜਾਣਾ ਅਲਟਰਾਸਾਊਂਡ ਕਰਾਉਣ? ਚੱਲ ਠੀਕ ਆ, ਮੈਂ ਲੰਚ ਟਾਈਮ ਲੈ ਲੂੰਗਾ 1 ਘੰਟੇ ਦੀ ਛੁੱਟੀ, ਅਤੇ ਫਿਰ ਕਰਾ ਕੇ ਘਰ ਛੱਡ ਜੂੰਗਾ ਤੈਨੂੰ। ਚਲੋ ਠੀਕ ਆ। ਚਲੋ ਮੁੰਡਿਆ ਕਿੱਧਰ ਭੱਜਿਆ ਫਿਰਦਾ ਆ, ਨਾਲੇ ਆ ਕਾਹਦੇ ਫਾਰਮ 'ਚ ਚੁੱਕੀ ਫਿਰਦਾ? ਮੰਮੀ ਹੁਣੇ ਪਤਾ ਲੱਗ ਜਾਣਾ ਆ। ਪਤਾ ਨਹੀਂ ਕਾਹਦੇ ਫਾਰਮ 'ਚ ਫੜੇ ਇਹਨੇ, ਕਿਤੇ ਸੰਦੀਪ ਦੀ ਨੌਕਰੀ ਦੇ ਫਾਰਮ 'ਚ ਨਹੀਂ ਆ? ਮੈਂ ਪੋਸਟਰ ਲਾਉਣ ਡਿਆ। ਇਹ ਕਾਹਦੇ ਵਾਸਤੇ? ਯਾਰ ਮੇਰਾ ਵੀ ਸੁਪਨਾ ਸੀਗਾ ਕਿ ਮੈਂ ਜਾਂ ਤਾਂ ਕੋਈ ਪਲੇਅਰ ਬਣਾ ਅਤੇ ਜਾਂ ਫਿਰ ਕੋਈ ਸਿੰਗਰ ਬਣਾ, ਪਰ ਮੈਂ ਤਾਂ ਬਣ ਨਹੀਂ ਪਾਇਆ। ਆਪਣੇ ਹੋਣ ਵਾਲੇ ਪੁੱਤ ਨੂੰ ਮੈਂ ਜ਼ਰੂਰ ਬਣਾਊਂਗਾ, ਜਾਂ ਕੋਈ ਪਲੇਅਰ ਅਤੇ ਜਾਂ ਕੋਈ ਸਿੰਗਰ। ਪਰ ਇਹ ਤਾਂ ਤੁਸੀਂ ਸਾਰਿਆਂ ਮੁੰਡਿਆਂ ਦੀਆਂ ਫੋਟੋਆਂ ਲਾਈਆਂ ਵਾ, ਕੁੜੀ ਦੀ ਤੁਸੀਂ 1 ਵੀ ਫੋਟੋ ਨਹੀਂ ਲਾਈ। ਲੈ ਹੈ ਕਮਲੀ, ਉਹ ਆਪਣੇ ਮੁੰਡਾ ਹੀ ਹੋਣਾ ਆ, ਅਤੇ ਮੈਂ ਉਹਨੂੰ ਜਾਂ ਸਿੰਗਰ ਬਣਾਊਂਗਾ ਅਤੇ ਜਾਂ ਫਿਰ ਕੋਈ ਪਲੇਅਰ। ਇਹ ਪੱਕੀ ਗੱਲ ਹੈ? ਚੰਗਾ ਯਾਰ, ਲਾਸਟ ਮੰਥ ਚੱਲਣ ਡਿਆ ਵਾ, ਤੂੰ ਇਹੋ ਜਿਹੀ ਗੱਲਾਂ ਨਾ ਕਰ। ਚੰਗਾ, ਕੁੜੀ ਦੀ ਫੋਟੋ ਆਪਾਂ ਕਿਉਂ ਲਾਉਣੀ ਆ? ਬਾਬੇ ਅੱਡੀ ਚੁੱਕਦਾ ਆਸ਼ੀਰਵਾਦ ਆ, ਅਤੇ ਪੱਕਾ ਮੁੰਡਾ ਹੀ ਹੋਊਗਾ, ਤਾਂ ਹੀ ਤਾਂ ਮੈਂ ਇਹ ਲੈ ਕੇ ਆਇਆ ਵਾਂ। ਬਸ ਹੁਣ ਤਾਂ ਮੈਨੂੰ ਵੇਟ ਆ ਕਿ ਕਦੋਂ ਆਪਣੇ ਘਰ ਜਾਂ ਕੋਈ ਪਲੇਅਰ ਆਊਗਾ ਜਾਂ ਫਿਰ ਕੋਈ ਸਿੰਗਰ।
ਕੁੜੀਆਂ ਨੇ ਵੀ ਕਿੰਨੇ ਮਹਾਨ ਕੰਮ ਕੀਤੇ ਆ। ਤੁਸੀਂ ਉਹਨਾਂ ਦੀ ਫੋਟੋ ਵੀ ਲਗਾ ਸਕਦੇ ਸੀ, ਤੁਸੀਂ PT ਊਸ਼ਾ ਦੀ ਫੋਟੋ ਲਾ ਸਕਦੇ ਸੀ, ਜਾਂ ਫਿਰ ਕਲਪਨਾ ਚਾਵਲਾ ਦੀ ਫੋਟੋ ਲਾ ਸਕਦੇ ਸੀ, ਮੈਰੀਕੋਮ ਦੀ ਵੀ ਲਗਾ ਸਕਦੇ ਸੀ, ਅਤੇ ਜਾਂ ਫਿਰ ਬਸਿੰਦਰੀ ਪਾਲ ਦੀ। ਉਹਨਾਂ ਚਾਰਾਂ ਵਿੱਚੋਂ ਤੁਸੀਂ ਕਿਸੇ ਦੀ ਫੋਟੋ ਨਹੀਂ ਲਗਾਈ, ਬਸ ਮੁੰਡਿਆਂ ਦੀ ਲਗਾਈ ਆ। ਨਹੀਂ ਆ, ਹੁਣ ਬਸਿੰਦਰੀ ਪਾਲ ਕੌਣ ਆ? ਇਹ ਨਵਾਂ ਹੀ ਨਾਂ ਕੱਢ ਮਾਰਿਆ ਤੂੰ। ਬਸਿੰਦਰੀ ਪਾਲ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਜਾਣ ਵਾਲੀ ਇੰਡੀਆ ਦੀ ਪਹਿਲੀ ਔਰਤ ਸੀ। ਯਾਰ ਤੂੰ ਰਹਿਣ ਦੇ ਇਹਨਾਂ ਨੂੰ ਚੰਗਾ, ਆਪਣੇ ਮੁੰਡਾ ਹੀ ਹੋਣਾ ਵਾ, ਬਾਬੇ ਅੱਡੀ ਚੁੱਕਦਾ ਆਸ਼ੀਰਵਾਦ ਆਪਣੇ ਨਾਲ ਆ। ਤੂੰ ਬਸ ਇਹਨਾਂ ਵੱਲ ਵੇਖੀ ਜਾ ਫੋਟੋਆਂ ਵੱਲ, ਚੰਗਾ ਇੱਦਾਂ ਦਾ ਪੈਦਾ ਹੋਊਗਾ ਫਿਰ। ਬੱਚਾ ਭਾਵੇਂ ਪਹਿਲਾ ਹੋਵੇ ਤੇ ਭਾਵੇਂ ਹੋਵੇ ਦੂਜਾ, ਹਰ ਕਿਸੇ ਨੂੰ ਮੁੰਡੇ ਦੀ ਆਸ ਹੁੰਦੀ ਆ। ਧੀਆਂ ਨੂੰ ਪਤਾ ਨਹੀਂ ਕਿਉਂ ਨਹੀਂ ਚੰਗਾ ਸਮਝਦੇ, ਜਦੋਂ ਕਿ ਗੁਰਬਾਣੀ ਵਿੱਚ ਵੀ ਲਿਖਿਆ ਹੈ, ਸੋ ਕੋ ਮੰਦਾ ਆਖੀਏ ਜਿੱਤ ਜੰਮੇ ਰਾਹ ਜਾਣ। ਚੱਲ ਤੂੰ ਨਾ ਫਿਕਰ ਕਰੀ, ਤੂੰ ਪਤਾ ਨਹੀਂ ਮੇਰੀ ਧੀ ਆ ਤੇ ਮੇਰਾ ਪੁੱਤ ਹੈ, ਪਰ ਮੈਂ ਤੈਨੂੰ ਹਮੇਸ਼ਾ ਖੁਸ਼ ਰੱਖੂੰਗੀ। ਦਰਦਾਂ ਹੁੰਦੀ ਆ, ਚਲੋ ਡਾਕਟਰ ਕੋਲ ਜਾਂਦੇ ਆ ਆਪਾਂ। ਚਲੋ ਜਾ, ਮੰਮੀ ਨਾਲ ਗੱਲ ਕਰਦਾ ਭਲਾ ਮੈਂ। ਜਲਦੀ ਕਰੋ। ਤੁਸੀਂ ਇੱਥੇ ਬੈਠੇ ਝੂਟੇ ਲਈ ਜਾਣ ਡੇ ਜੇ, ਉਹ ਸੰਦੀਪ ਦੇ ਪੇਨ ਹੋਣ ਡੀ ਆ, ਉਹ ਕਹਿੰਦੀ ਮੈਨੂੰ ਹਸਪੀਟਲ ਲੈ ਜਾਓ ਛੇਤੀ। ਅੱਛਾ ਚੱਲ ਲੈ ਤੇ ਜਾਂਦੇ ਆ, ਤੇ ਕਿਹੜੇ ਖੜਨਾ ਹਸਪੀਟਲ? ਮੰਮੀ ਧਾਰੀਵਾਲ ਥੋੜ੍ਹੀ ਹਸਪੀਟਲ ਆ, ਕਿਸੇ 'ਚ ਲੈ ਜਾਂਦੇ ਆ। ਆਜੋ, ਇੱਥੇ ਤਾਂ ਸਾਰੇ ਪ੍ਰਾਈਵੇਟ ਹਸਪਤਾਲ ਆ, ਇੱਥੇ ਤੂੰ ਕਿੱਦਾਂ ਲੈ ਜਾਏਗਾ? ਉਹਨਾਂ ਨੇ ਬਿੱਲ ਪਤਾ ਕਿੰਨਾ ਬਣਾਉਣਾ, ਲੱਖਾਂ ਰੁਪਏ ਬਣਾਉਣੇ ਆ। ਤੇਰੇ ਕੋਲ ਹੈਗੇ ਆ ਇਹ ਲੱਖਾਂ ਰੁਪਏ ਹੈਗੇ ਤੇਰੇ ਕੋਲ? ਤੁਸੀਂ ਕਹਿਣ ਨਹੀਂ ਡੇ ਤੁਹਾਡੇ ਕੋਲ ਇੱਕ ਚੂੜੀ ਹੈਗੀ ਆ ਅਤੇ ਸਿਮੀ ਕੋਈ ਇੱਕ ਵਾਲੀ ਆ, ਉਹ ਵੇਚ ਦਿੰਦੇ ਹਾਂ, ਹੁਣ ਦਾ ਗੁਜ਼ਾਰਾ ਤਾਂ ਕਰੀਏ, ਬਾਕੀ ਬਾਅਦ 'ਚ ਵੇਖ ਲਵਾਂਗੇ। ਆਜੋ। ਚੂੜੀ? ਨਾ ਨਾ, ਚੂੜੀ ਨਹੀਂ ਮੈਂ ਦੇਣੀ, ਮੈਂ ਤਾਂ ਆਪ ਉਹ ਆਪਣੇ ਔਖੇ ਟਾਈਮ ਲਈ ਰੱਖੀ ਆ। ਚੂੜੀ ਦੇ ਕੇ ਤਾਂ ਮੈਂ ਕਿੱਥੇ ਜਾਣਾ, ਮੇਰੀ ਕਿਹੜੀ ਇੱਥੇ ਪੈਨਸ਼ਨ ਲੱਗੀ ਆ ਸਰਕਾਰੀ? ਮੇਰੇ ਕੋਲ ਤਾਂ ਆਪ ਇੱਕੋ ਵਾਲੀ ਆ, ਉਹਦੇ ਨਾਲ ਚੱਲ ਮੇਰਾ ਵੀ ਭਰਮ ਭਾਵ ਬਣਿਆ ਵਾ ਵੀ ਮੇਰੇ ਕੋਲ ਵੀ ਕਿਤੇ ਸੋਹਣਾ ਹੈਗਾ, ਅਤੇ ਜੇ ਮੈਂ ਉਹ ਵੀ ਇੱਕ ਵਾਲੀ ਵੇਚਤੀ ਤਾਂ ਮੈਂ ਕਿੱਧਰ ਜਾਣਾ ਈ? ਕਿੱਥੇ ਲੈ ਕੇ ਜਾਈਏ ਫਿਰ ਉਹਨੂੰ? ਚੁੱਪ ਕਰਕੇ ਨਾ, ਉਹਨੂੰ ਸਰਕਾਰੀ ਹਸਪਤਾਲ ਲੈ ਜਾ, ਅਤੇ ਨਾ ਕੋਈ ਖਰਚਾ ਹੋਣਾ ਆ। ਚਲੋ ਠੀਕ ਆ, ਸਰਕਾਰੀ ਲੈ ਜਾਂਦਾ, ਅਤੇ ਉਹਨੂੰ ਥੱਲੇ ਆ ਕੇ ਵੇਖ ਤੇ ਲਓ ਫਿਰ।
ਕਹਿੰਦਾ ਜਲਦੀ ਕਰੋ। ਕਿੱਦਾਂ ਠੀਕ ਆ? ਨਹੀਂ ਦਰਦ ਹੁੰਦੀ ਆ। ਤੁਸੀਂ ਏਦਾਂ ਕਰੋ, ਤੁਸੀਂ ਨਾ ਡੈਡੀ ਨੂੰ ਫੋਨ ਕਰ ਦਿਓ, ਉਹ ਗੱਡੀ ਲੈ ਕੇ ਆ ਜਾਣਗੇ। ਡੈਡੀ ਨੂੰ? ਹਾਂਜੀ। ਆਪਣੇ ਸਹੁਰਿਆਂ ਦੀ ਗੱਡੀ? ਸਹੁਰਿਆਂ ਦੀ ਗੱਡੀ ਤੇ ਮੈਂ ਕਦੀ ਵੀ ਨਹੀਂ ਲਿਆਉਂਦਾ ਸੰਦੀਪ, ਇਹ ਗੱਲ ਭੁੱਲ ਜਾ ਤੂੰ। ਕੀ ਸੋਚਣ ਦੇ ਜੇ? ਨਹੀਂ ਨਹੀਂ ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਮੈਨੂੰ 15 ਕੁ ਮਿੰਟ ਦੇ, ਮੈਂ ਹੁਣੇ ਗੱਡੀ ਦਾ ਇੰਤਜ਼ਾਮ ਕਰਦਾ ਕਿਤੋਂ ਨਾ ਕਿਤੋਂ। ਚਲੋ ਠੀਕ ਆ। ਮੰਮੀ ਤੁਸੀਂ ਵੇਖੋ ਇਹਨੂੰ ਮਾੜਾ ਜਿਹਾ। ਹੈਲੋ, ਉਹ ਯਾਰ ਤੇਰੀ ਗੱਡੀ ਚਾਹੀਦੀ ਆ ਮੈਨੂੰ, ਉਹ ਯਾਰ ਵਾਈਫ ਨੂੰ ਹੋਸਪਿਟਲ ਲੈ ਕੇ ਜਾਣਾ ਆ। ਚੱਲ ਠੀਕ ਆ ਠੀਕ ਆ, ਮੈਂ ਆ ਗਿਆ ਤੇਰੇ ਕੋਲ, ਹੁਣੇ ਆ ਗਿਆ 5 ਮਿੰਟ 'ਚ। ਕੋਈ ਨੀ ਸੰਦੀਪ, ਹੌਸਲਾ ਰੱਖ, ਲੈਣ ਗਿਆ ਨਾ ਤੇਜਿੰਦਰ ਗੱਡੀ, ਆ ਜਾਣਾ ਉਹਨੇ ਹੁਣੇ। ਕੋਈ ਨੀ ਕੋਈ ਨੀ, ਕਿੰਨਾ ਟਾਈਮ ਲਾਉਣਾ ਨਾ, ਹੁਣੇ ਆ ਜਾਣਾ ਉਹਨੇ। ਸਿਮੀ ਜਾ ਪਾਣੀ ਲਿਆ, ਪਾਣੀ। ਦਰਦ ਹੁੰਦੀ ਮੰਮੀ। ਕੋਈ ਨੀ ਕੋਈ ਨੀ। ਅੱਗੇ ਹੋ ਜਾ ਸਿੰਮੀ, ਤੂੰ ਬੈਣ ਨਾਲ। ਸੰਜੂ, ਕੀ ਸੋਚਿਆ ਫਿਰ ਘਰ ਜਾਣ ਬਾਰੇ? ਸੋਚਿਆ, ਬਹੁਤ ਸੋਚਿਆ ਮੈਂ ਸਾਰੀ ਰਾਤ, ਪਰ ਮੈਂ ਘਰ ਵਾਪਸ ਨਹੀਂ ਜਾ ਸਕਦਾ। ਕਿਉਂ ਕਿਉਂ ਨਹੀਂ ਜਾ ਸਕਦੇ? ਪੂਜਾ, ਮੈਂ ਸਾਰਾ ਕੁਝ ਛੱਡ ਕੇ ਆਇਆ ਇੱਥੇ, ਸਭ ਕੁਝ, ਕੀ ਕਹਾਂਗਾ ਆਪਣੇ ਘਰ ਜਾ ਕੇ। ਹੁਣ ਦੇਖ, ਹੁਣ ਜੋ ਆਉਣਾ ਹਾਲਾਤ ਆਹੀ ਆ, ਪਰ ਮੈਂ ਘਰ ਵਾਪਸ ਨਹੀਂ ਜਾ ਸਕਦਾ। ਤੁਹਾਨੂੰ ਆਦਤ ਆ ਗਰੀਬੀ ਦਾ ਵਿੱਚ ਰਹਿਣ ਦੀ, ਪਰ ਮੈਨੂੰ ਨਹੀਂ ਆਦਤ। ਤੁਹਾਨੂੰ ਪਤਾ ਤੁਹਾਡੀ ਸੈਲਰੀ ਜਿੰਨੀ ਆ ਨਾ, ਇੰਨੀ ਨਾ ਮੇਰੇ ਪਾਪਾ ਮੈਨੂੰ ਪੋਕਿਟ ਮਨੀ ਦੇ ਦਿੰਦੇ ਸੀ, ਤੇ ਮੇਰੇ ਕੋਲ ਨਹੀਂ ਗੁਜ਼ਾਰਾ ਹੁੰਦਾ ਇੰਨੇ ਜੇ ਪੈਸਿਆਂ 'ਚ। ਪਰ ਪੂਜਾ, ਚੀਜ਼ਾਂ ਤਾਂ ਭੱਜਣ ਤੋਂ ਪਹਿਲੇ ਸੋਚਣੀਆਂ ਚਾਹੀਦੀਆਂ ਸੀ ਨਾ। ਮੈਂ ਤੈਨੂੰ ਪਹਿਲੇ ਕਿਹਾ ਸੀ, ਤੂੰ ਵੱਡੇ ਘਰ ਦੀ ਕੁੜੀ ਆ, ਮੈਂ ਤੇਰੇ ਖਰਚੇ ਨਹੀਂ ਚੁੱਕ ਸਕਦਾ। ਪਰ ਉਦੋਂ ਤੂੰ ਕਹਿੰਦੀ ਸੀ ਮੈਨੂੰ ਪੈਸਾ ਨਹੀਂ, ਮੈਨੂੰ ਪਿਆਰ ਚਾਹੀਦਾ ਵਾ। ਪਰ ਹੁਣ ਪੈਸਾ ਕਿੱਦਾਂ ਆ ਗਿਆ ਸਾਡੇ ਪਿਆਰ 'ਚ? ਪਿਆਰ ਨਾਲ ਨਾ ਜ਼ਿੰਦਗੀ ਨਹੀਂ ਗੁਜ਼ਰਦੀ, ਪੈਸਾ ਵੀ ਚਾਹੀਦਾ ਵਾ। ਤੁਹਾਨੂੰ ਪਤਾ ਜਦੋਂ ਦੀ ਮੈਂ ਵਿਆਹ ਕੇ ਆਈ ਆ ਨਾ ਤੁਹਾਡੇ ਨਾਲ, ਤੁਸੀਂ ਮੈਨੂੰ ਇੱਕ ਸੂਟ ਨਹੀਂ ਲਿਆ ਕੇ ਦਿੱਤਾ, ਤੇ ਨਾ ਹੀ ਮੈਨੂੰ ਬਿਊਟੀ ਪਾਰਲਰ ਲੈ ਕੇ ਗਏ ਇੱਕ ਵਾਰੀ ਵੀ। ਪਰ ਪੂਜਾ, ਜੋ ਆਣਾ, ਮੈਂ ਨਹੀਂ ਹੁਣ ਘਰ ਜਾ ਸਕਦਾ,
ਮੈਂ ਸਰਵਾਈਵ ਕਰ ਲਵਾਂਗਾ। ਜੇ ਤੂੰ ਜਾਣਾ ਨਾ ਤਾਂ ਤੂੰ ਜਾ ਸਕਦੀ। ਮੈਂ ਚੱਲੀ ਹਾਂ ਫਿਰ ਆਪਣੇ ਘਰ, ਤੁਸੀਂ ਰਹੋ ਇੱਥੇ ਗਰੀਬੀ ਦਾਵੇ ਵਿੱਚ। ਮੈਨੂੰ ਨਾ ਇੱਕ ਗੱਲ ਦੀ ਸਮਝ ਲੱਗ ਗਈ, ਕੁੜੀਆਂ ਨੂੰ ਨਾ ਕਦੀ ਵੀ ਘਰੋਂ ਨਹੀਂ ਭੱਜਣਾ ਚਾਹੀਦਾ। ਯਾਰ ਹੁਣ ਤਾਂ ਸਾਰਾ ਕੁਛ ਹੋ ਗਿਆ ਵਾ, ਹੁਣ ਕਿਉਂ ਪਛਤਾਉਣ ਡਈ ਆ? ਆਪੇ ਸਾਰਾ ਕੁਛ ਹੌਲੀ ਹੌਲੀ ਠੀਕ ਹੋ ਜਾਊਗਾ। ਹੁਣ ਤੂੰ ਤੇ ਮੈਨੂੰ ਇਹਨਾਂ ਹਾਲਾਤਾਂ 'ਚ ਇਕੱਲਿਆਂ ਨੂੰ ਛੱਡ ਕੇ ਜਾਣ ਡਈ, ਫੈਸਲੇ ਤੇਰੇ ਹੀ ਨਾ ਉਦੋਂ ਵੀ। ਆਹੋ ਆਹੋ, ਮੇਰੀ ਗਲਤੀ ਸੀ। ਯਾਰ ਆਪਾਂ ਦੋਵਾਂ ਨੇ ਡਿਸੀਜਨ ਤਾਂ ਗਲਤ ਲੈ ਲਿਆ, ਹੁਣ ਪੂਜਾ ਇਹਨਾਂ ਹਾਲਾਤਾਂ ਨੂੰ ਵੇਖ ਕੇ ਹੱਥ ਖੜ੍ਹੇ ਕਰ ਗਈ ਆ, ਅਤੇ ਮੈਂ ਇਹਨਾਂ ਹਾਲਾਤਾਂ ਨਾਲ ਲੜਨ ਡਿਆ। ਹਾਲਾਂਕਿ ਖੁਸ਼ ਆਪਾਂ ਦੋਵੇਂ ਨਹੀਂ ਹੈਗੇ ਇਸ ਡਿਸੀਜਨ ਤੋਂ। ਹੋਈ ਆ ਨਾ ਕਿੱਦਾਂ ਸਾਰੇ ਘਰ ਵਿੱਚ ਚੁੱਪ ਛਾਈ ਆ। ਜੇ ਇਹੋ ਕਿਤੇ ਮੁੰਡਾ ਹੋਇਆ ਹੁੰਦਾ ਤਾਂ ਇੱਥੇ ਹੁਣ ਢੋਲ ਵੱਜਣ ਦੇ ਹੋਣਾ ਸੀ, ਸਾਰਿਆਂ ਨੇ ਇਹਨੂੰ ਚੁੱਕੀ ਫਿਰਨਾ ਸੀ। ਚੱਲ ਕੋਈ ਨਹੀਂ ਧੀਏ, ਤੂੰ ਉਦਾਸ ਨਾ ਹੋਈ, ਤੇਰੀ ਮਾਂ ਹੈਗੀ ਆ ਨਾ, ਤੇਰੀਆਂ ਸਾਰੀਆਂ ਖੁਸ਼ੀਆਂ ਦਾ ਧਿਆਨ ਰੱਖੂਗੀ। ਮੰਮੀ ਹਾਂ, ਐਤਕੀ ਦਾ ਜਿਹੜਾ ਆਪਣਾ ਅੱਡੀ ਚੁੱਕ ਬਾਬਾ ਏ, ਇਹ ਵੀ ਲੈ ਕੇ ਕੰਮ ਆਇਆ, ਕੁੜੀ ਹੋ ਗਈ ਹੈ। ਮੈਂ ਤਾਂ ਆਪ ਸਿੰਮੀ ਹੈਰਾਨ ਆ ਵੀ ਸਾਡੇ ਕੋਈ ਗਲਤੀ ਹੋ ਗਈ ਆ, ਜਿਹੜੀ ਆ ਕੁੜੀ ਹੋ ਗਈ ਆ। ਫਿਰ ਜੇ ਸੰਦੀਪ ਵੀ ਕਿਤੇ ਭਰੋਸੇ ਨਾਲ ਵਿਸ਼ਵਾਸ ਨਾਲ ਜਾਂਦੀ ਤਾਂ ਸ਼ਾਇਦ ਕਿਤੇ ਮੁੰਡਾ ਹੋ ਜਾਂਦਾ, ਇਹ ਤਾਂ ਸੱਚੀ ਨੀਤ ਨਾਲ ਜਾਂਦੀ ਨਹੀਂ ਰਹੀ। ਚੱਲ ਮੰਮੀ ਕੋਈ ਨਹੀਂ, ਇੰਨੀ ਬੜੀ ਖੁਸ਼ੀ ਆ ਕਿ ਤੂੰ ਦਾਦੀ ਬਣ ਗਈ ਅਤੇ ਮੈਂ ਭੂਆ। ਪਰ ਧੀਏ ਮੇਰੇ ਤਾਂ ਮਨ ਦੀਆਂ ਰੀਝਾਂ ਰਹਿ ਗਈਆਂ ਨਾ ਪੋਤੇ ਦੀਆਂ ਦਿਲ 'ਚ। ਚੱਲ ਮੰਮੀ ਕੋਈ ਨਹੀਂ, ਹੁਣ ਜੋ ਹੋਣਾ ਸੀ ਹੋ ਗਿਆ, ਚੱਲ ਕੀ ਕਰਨਾ। ਹੁਣ ਕੀ ਕਰਾਂ ਇਹਨਾਂ ਪੋਸਟਰਾਂ ਦਾ? ਮੈਂ ਸੋਚਿਆ ਸੀਗਾ ਮੁੰਡਾ ਹੋਊਗਾ, ਕਿੰਨੀ ਰੀਝ ਨਾਲ ਲਾਏ ਸੀ ਮੈਂ। ਬੈਠੀ ਆ? ਹਾਂਜੀ, ਬਸ ਇਹਨੂੰ ਲੱਗੀ ਪਾਉਣ ਲੰਮੇ।
ਧੀਏ ਐਵੇਂ ਨਾ ਮਨ ਭਰਿਆ ਕਰ, ਕੋਈ ਨਹੀਂ ਰੱਬ ਆਪੇ ਜੀ ਵੀ ਦਊਗਾ। ਨਹੀਂ ਮੰਮੀ ਜੀ, ਮੈਂ ਕੱਲ੍ਹ ਨਹੀਂ ਮਨ ਭਰਨਾ, ਨਾਲੇ ਇਹ ਵੀ ਤਾਂ ਜੀ ਆ। ਮੈਨੂੰ ਤਾਂ ਬਹੁਤ ਖੁਸ਼ੀ ਆਉਂਦੀ ਕਿ ਮੇਰੇ ਘਰ ਲਕਸ਼ਮੀ ਆਈ ਆ। ਮੇਰੇ ਕਹਿਣ ਦਾ ਇਹ ਨਹੀਂ ਮਤਲਬ, ਮੈਂ ਕਹਿੰਦੀ ਹਾਂ ਰੱਬ ਅਗਲੀ ਵਾਰੀ ਪੁੱਤ ਦਊਗਾ। ਪੁੱਤਾਂ ਨਾਲ ਹੀ ਤਾਂ ਵੰਸ਼ ਚੱਲਦੇ ਆ ਅੱਗੇ। ਧੀਆਂ ਤਾਂ ਬਗਾਨਾ ਧਾਨੇ ਆ, ਵਿਆਹੀਆਂ ਜਾਂ ਤਾਂ ਆਪਣੇ ਘਰ ਚੱਲ ਜਾਂਦੀਆਂ। ਪੁੱਤ ਦਾ ਮੰਮ ਜੀ ਕੀ ਪਤਾ ਕੱਲ੍ਹ ਨੂੰ ਕੀ ਨਿਕਲ ਜੇ, ਅਗਲਾ ਚੋਰ ਨਿਕਲ ਜੇ ਜਾਂ ਫਿਰ ਅਮਲੀ, ਤਾਂ ਕੁਝ ਕਹਿ ਥੋੜ੍ਹੀ ਸਕਦੇ ਹਾਂ। ਜਿਹਨੇ ਨਾਂ ਰੋਸ਼ਨ ਕਰਨਾ ਹੁੰਦਾ ਨਾ, ਉਹ ਧੀ ਵੀ ਕਰ ਦਿੰਦੀ ਆ, ਧੀ ਪੁੱਤ 'ਚ ਨਾ ਫਰਕ ਨਹੀਂ ਸਮਝੀਦਾ। ਪਰ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ, ਮੈਨੂੰ ਤਾਂ ਪੋਤਾ ਚਾਹੀਦਾ। ਪੂਜਾ ਤੂੰ ਇਕੱਲੀ ਆ ਗਈ ਆ, ਪ੍ਰਾਹੁਣਾ ਕਿੱਥੇ ਆ? ਮੰਮੀ ਸਾਡਾ ਸਾਥ ਨਾ ਇੱਥੋਂ ਤੱਕ ਹੀ ਸੀ, ਮੈਂ ਨਾ ਹੁਣ ਤੁਹਾਡੇ ਕੋਲ ਪੱਕੀ ਆ ਗਈ ਹਾਂ। ਇਹ ਕਿੱਦਾਂ ਦੀਆਂ ਗੱਲਾਂ ਕਰਦੀ ਆ ਤੂੰ? ਮੰਮੀ ਤੁਹਾਨੂੰ ਨਹੀਂ ਪਤਾ ਮੈਂ ਕਿੰਨੀ ਤੰਗੀ 'ਚ ਦਿਨ ਕੱਟੇ ਨੇ, ਮੈਨੂੰ ਪਤਾ ਉਹ ਕਿਹੋ ਜਿਹੇ ਹਾਲਾਤ ਸੀ, ਮੈਂ ਅੱਜ ਤੱਕ ਇਹੋ ਜਿਹੇ ਹਾਲਾਤ ਨਹੀਂ ਵੇਖੇ। ਪੂਜਾ ਇਹ ਗੱਲਾਂ ਤੈਨੂੰ ਘਰੋਂ ਭੱਜਣ ਲੱਗੀ ਨੂੰ ਸੋਚਣੀਆਂ ਚਾਹੀਦੀਆਂ ਸੀ, ਤੂੰ ਤਾਂ ਸਾਨੂੰ ਦੱਸ ਕੇ ਵੀ ਨਹੀਂ ਗਈ। ਅਸੀਂ ਕਿੰਨੇ ਪਰੇਸ਼ਾਨ ਰਹੇ ਤੇਰੇ ਤੋਂ ਮਗਰੋਂ, ਤੂੰ ਆਰਾਮ ਨਾਲ ਕਹਿਤਾ ਵੀ ਮੈਂ ਨਹੀਂ ਉੱਥੇ ਜਾਣਾ ਹੁਣ। ਮੰਮੀ ਹੁਣ ਤੁਸੀਂ ਹੀ ਚਾਹੁੰਦੇ ਹੋ ਮੈਂ ਉਸੇ ਮੁੰਡੇ ਨਾਲ ਰਵਾਂ। ਵੇਖ ਪੂਜਾ, ਅਸੀਂ ਜਾਣੇ ਅਣਜਾਣੇ 'ਚ ਰੁੱਖ ਲਾਉਂਦੇ ਹਾਂ ਕਿ ਸਾਨੂੰ ਫਲ ਦਊਗਾ, ਉਹਨੂੰ ਪਾਲਦੇ ਹਾਂ, ਉਹਦੀ ਸੇਵਾ ਕਰਦੇ ਹਾਂ, ਅਤੇ ਜੋ ਫਲ ਨਹੀਂ ਦਿੰਦਾ ਇਹਦਾ ਮਤਲਬ ਇਹ ਥੋੜ੍ਹੀ ਆ ਕਿ ਉਹਨੂੰ ਅਸੀਂ ਵੱਢ ਦਾਂਗੇ। ਘੱਟੋ ਘੱਟ ਸਾਨੂੰ ਛਾਂ ਤਾਂ ਦਿੰਦਾ ਹੀ ਆ ਨਾ। ਵੇਖ ਪੂਜਾ, ਜੇ ਤੂੰ ਮੁੰਡੇ ਨੂੰ ਤਲਾਕ ਦਿੰਦੀ ਆ ਨਾ, ਤੇਰੇ ਸਿਰ ਤੋਂ ਵੀ ਛਾਂ ਜਾਂਦੀ ਹੈ। ਪੂਜਾ ਕੁਛ ਨਹੀਂ ਹੁੰਦਾ, ਸਾਰਾ ਕੁਛ ਠੀਕ ਹੋ ਜੂਗਾ। ਜੇ ਤੇ ਤੈਨੂੰ ਮਾਰਦਾ ਕੁੱਟਦਾ ਹੋਏ, ਪਰੇਸ਼ਾਨ ਕਰਦਾ ਹੋਏ, ਤਾਂ ਤੂੰ ਸਾਡੇ ਕੋਲ ਆਵੇਂ ਵੀ ਮੈਂ ਨਹੀਂ ਉੱਥੇ ਰਹਿ ਸਕਦੀ। ਅੱਗੇ ਤਾਂ ਤੇਰੇ ਡੈਡੀ ਨੇ ਕੌੜਾ ਘੁੱਟ ਪੀਤਾ ਵੀ ਚਲੋ ਕੁੜੀ ਘਰ ਆ ਜੇ, ਤੈਨੂੰ ਮਾਫ਼ ਕਰਤਾ। ਤੂੰ ਆ ਕੇ ਨਵੀਂ ਖਬਰ ਸੁਣਾਤੀ ਆ, ਮੈਂ ਉੱਥੇ ਜਾਣਾ ਹੀ ਨਹੀਂਗਾ। ਜੇ ਤੇਰੇ ਡੈਡੀ ਨੂੰ ਪਤਾ ਲੱਗੂਗਾ ਇਸ ਗੱਲ ਦਾ, ਤਾਂ ਉਹ ਜੀ ਸਕਣਗੇ? ਠੀਕ ਆ ਮੰਮੀ, ਮੈਂ ਆਪਣੇ ਘਰ ਚਲ ਜੂੰਗੀ ਵਾਪਿਸ। ਧੀਏ ਵੇਖ, ਤੂੰ 100 ਵਾਰੀ ਇੱਥੇ ਆ ਜਾ, ਤੇਰਾ ਘਰ ਵਾ ਏ, ਪਰ ਧੀਆਂ ਨਾ ਸਹੁਰਿਆਂ ਦੇ ਘਰ ਹੀ ਚੰਗੀਆਂ ਲੱਗਦੀਆਂ ਵਾ, ਪੇਕਿਆਂ ਘਰ ਬੈਠੀਆਂ ਨਾ ਚੰਗੀਆਂ ਨਹੀਂ ਲੱਗਦੀਆਂ। ਠੀਕ ਹੈ ਮੰਮੀ। ਯਾਰ ਤੂੰ ਤਾਂ ਪੱਕੀ ਛੱਡ ਕੇ ਚਲ ਗਈ ਆ ਮੈਨੂੰ, ਹੁਣ ਕਿੱਦਾਂ ਤੇਰੀ ਸਲਾਹ ਬਣ ਗਈ ਵਾਪਸ ਆਉਣ ਦੀ? ਮੇਰੀ ਮੰਮੀ ਨੇ ਮੈਨੂੰ ਸਮਝਾਇਆ ਤੇ ਹੁਣ ਨਾ ਮੈਂ ਤੁਹਾਡੇ ਨਾਲ ਹੀ ਰਹੂੰਗੀ। ਮੇਰੀ ਨਾ ਇੱਕ ਰਿਕੁਐਸਟ ਆ। ਰਿਕੁਐਸਟ? ਕੀ ਰਿਕੁਐਸਟ ਆ ਬੋਲ। ਮੇਰੀ ਨਾ ਦੀਦੀ ਘਰ ਕੁੜੀ ਹੋਈ ਆ, ਮੈਨੂੰ ਉੱਥੇ ਲੈ ਜਾਓਗੇ? ਕੋਈ ਗੱਲ ਨਹੀਂ, ਮੈਂ ਤੈਨੂੰ ਉੱਥੇ ਲੈ ਜਾਵਾਂਗਾ, ਤੂੰ ਆਪਣੇ ਘਰਦਿਆਂ ਨਾਲ ਵਰਤ, ਭਾਵੇਂ ਦੀਦੀ ਘਰ ਜਾ। ਸੱਚੀ ਮੇਰਾ ਨਾ ਉਹ ਨੰਨੀ ਪਰੇ ਨੂੰ ਮਿਲਣ ਨੂੰ ਨਾ ਬੜਾ ਹੀ ਦਿਲ ਕਰਨ ਦਿਆ ਸੀ, ਥੈਂਕ ਯੂ ਤੁਸੀਂ ਹਾਂ ਕਰਤਾ, ਤੇ ਆਪਾਂ ਨਾ ਚੱਲਾਂਗੇ ਕਿਸੇ ਦਿਨ ਉਹਨਾਂ ਨੂੰ ਮਿਲਣ। ਚੱਲ ਠੀਕ ਆ, ਜਿੱਦਣ ਤੂੰ ਕਹੇਂਗੀ ਮੈਂ ਤੇਰੇ ਨਾਲ ਤੁਰ ਪਾਂ। ਨਾਲੇ ਆਪਾਂ ਦੋਨੇ ਜਾਵਾਂਗੇ ਨਾ, ਤੇ ਦੀਦੀ ਨੂੰ ਵੀ ਤੇ ਜੀਜੇ ਨੂੰ ਬਹੁਤ ਵਧੀਆ ਲੱਗੂਗਾ। ਚੱਲ ਠੀਕ ਆ, ਮੈਂ ਵੀ ਨਾਲੇ ਆਪਣੇ ਸਾਧੂ ਸਾਹਿਬ ਨੂੰ ਮਿਲ ਆਵਾਂਗਾ, ਨਾਲੇ ਮੈਂ ਵੀ ਤੇਰੇ ਨਾਲ ਪਹਿਲੀ ਵਾਰੀ ਜਾਣਾ ਉਹਨਾਂ ਦੇ ਘਰ। ਮੈਂ ਨਾ ਦੀਦੀ ਨੂੰ ਫੋਨ ਕਰਕੇ ਆਉਂਦੀ ਹਾਂ। ਚੱਲ ਠੀਕ ਆ, ਤੂੰ ਕਰ ਲੈ ਫਿਰ ਫੋਨ।